ਦੋਸਤੋ, ਅੱਜ ਆਪਾਂ ਪਹੁੰਚ ਗਏ ਹਾਂ ਜੀ ਮੋਗਾ ਟਰੈਕਟਰ ਮੰਡੀ 'ਤੇ, ਅਤੇ ਮੋਗਾ ਟਰੈਕਟਰ ਮੰਡੀ 'ਤੇ ਬਹੁਤ ਹੀ ਜ਼ਿਆਦਾ ਰਸ਼ ਆ ਟਰੈਕਟਰਾਂ ਦਾ, ਤੁਸੀਂ ਵੇਖ ਸਕਦੇ ਹਾਂ। ਅਤੇ ਚਲੋ ਆਪਾਂ ਤੁਹਾਡੇ ਨਾਲ ਕਰਦੇ ਹਾਂ ਟਰੈਕਟਰਾਂ ਦੇ ਰੇਟ ਸਾਂਝੇ, ਕਿਹੜਾ ਮਾਡਲ ਆ, ਕੀ ਪ੍ਰਾਈਜ਼ ਆ ਉਹਦਾ ਜੀ। ਅਤੇ ਚਲੋ ਪਹਿਲਾ ਟਰੈਕਟਰ ਲੈਣਾ ਜੀ ਆਪਾਂ, ਮੈਸੀ 241 2000 ਮਾਡਲ ਆ ਜੀ, ਪੂਰਾ 2,25,000 ਰੁਪਈਆ ਡਿਮਾਂਡ ਆ। ਟਰੈਕਟਰ ਦੀ ਹਾਲਤ ਤੁਸੀਂ ਵੇਖ ਸਕਦੇ ਹਾਂ, ਬੈਕ ਟਾਇਰ ਇਹਦੇ 13-6-28 ਦੇ ਆ, ਵਧੀਆ ਚੰਗੀ ਹਾਲਤ ਦੇ ਪਏ ਆ ਜੀ ਟਾਇਰ। ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ DI-60 ਦਾ, ਬੈਕ ਟਾਇਰਾਂ ਦੀ ਵੀ ਹਾਲਤ ਚੰਗੀ ਆ ਅਤੇ ਫਰੰਟ ਟਾਇਰਾਂ ਦੀ ਹਾਲਤ ਵੀ ਚੰਗੀ ਆ, ਬਾਕੀ ਉਹ ਰੰਗ ਬਣਨ ਲਓ ਵੀ ਟਰੈਕਟਰ ਸਾਫ ਪਿਆ। 2008 ਮਾਡਲ ਆ ਅਤੇ 3,20,000 ਰੁਪਈਆ ਡਿਮਾਂਡ ਆ, ਬਾਕੀ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹਾਂ, ਕਿਉਂਕਿ ਕੁਛ ਅੰਦਾਜ਼ਾ ਵੀਡੀਓ ਦੇ ਵਿੱਚ ਵੀ ਲੱਗ ਜਾਂਦਾ ਹੁੰਦਾ। ਅਗਲਾ ਟਰੈਕਟਰ ਆ ਗਿਆ ਜੀ ਪ੍ਰੀਤ, ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਜੇ ਆ, ਮਾਡਲ ਹੈਗਾ 13 ਅਤੇ 2,65,000 ਰੁਪਈਆ ਇਸਦੀ ਡਿਮਾਂਡ ਆ, ਅਤੇ ਬਾਕੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਅਰਜਨ ਅਲਟਰਾ 605 DI, ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ, ਪਿਛਲੇ ਟਾਇਰ ਤਾਂ ਰੇਡੀਅਲ ਟਾਇਰ ਆ ਜੀ, ਫਰੰਟ ਟਾਇਰ ਵੀ ਓਕੇ ਆ। 2009 ਮਾਡਲ ਆ, 3,75,000 ਰੁਪਈਆ ਡਿਮਾਂਡ ਆ ਬਾਈ ਦੀ, ਪੰਜਾਬ ਨੰਬਰ ਆ PB08। ਅਗਲਾ ਟਰੈਕਟਰ ਆ ਗਿਆ ਜੀ ਨਿਊ ਹੋਲੈਂਡ ਵਾਲਿਆਂ ਦਾ 3630, 2010 ਮਾਡਲ ਆ, 3,60,000 ਰੁਪਈਆ ਡਿਮਾਂਡ ਆ। ਜਿਹੜੇ ਬੈਕ ਟਾਇਰ ਹੈਗੇ ਆ ਜੀ 16-16-9-28 ਦੇ ਆ, ਬਾਕੀ ਓਕੇ ਕੰਡੀਸ਼ਨ ਦਾ ਹੀ ਟਰੈਕਟਰ ਆ, ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ, ਕੋਈ ਪੇਂਟ ਪੂੰਟ ਤਾਂ ਨਹੀਂ ਹੋਇਆ ਲੱਗਦਾ ਕਿਸੇ ਪਾਸਿਓਂ। ਅਗਲਾ ਟਰੈਕਟਰ ਆ ਗਿਆ ਜੀ ਅਰਜਨ, 2011 ਮਾਡਲ ਆ, 4,15,000 ਰੁਪਈਆ ਡਿਮਾਂਡ ਆ, ਪਾਵਰ ਸਟੇਅਰਿੰਗ ਆ ਜੀ, ਅਗਲੇ ਟਾਇਰ ਬਾਈ ਨੇ ਦੂਸਰੇ ਪਵਾਏ ਜੇ ਜਿਹੜੇ ਆਪਣੇ ਮਗਰਲੇ ਟਾਇਰ ਗੁੱਡਣ ਵਾਲੇ ਹੁੰਦੇ ਆ ਉਸ ਤਰ੍ਹਾਂ ਦੇ। PB41 ਨੰਬਰ ਆ ਜੀ ਬਾਈ ਦਾ, ਪੰਜਾਬ ਨੰਬਰ ਟਰੈਕਟਰ ਆ, ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਵੇਖ ਸਕਦੇ ਹਾਂ। ਉਸ ਤੋਂ ਬਾਅਦ ਫਿਰ ਆ ਗਿਆ ਜੀ ਅਰਜਨ, ਇਹ ਵੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ, ਇਹ 2013 ਮਾਡਲ ਆ, 4,10,000 ਰੁਪਈਆ ਦੀ ਡਿਮਾਂਡ ਆ, ਬਾਕੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ, ਅਤੇ ਵੇਖ ਸਕਦੇ ਹਾਂ ਤੁਸੀਂ। ਉਸ ਤੋਂ ਬਾਅਦ ਆ ਗਿਆ ਜੀ ਅਰਜਨ 5310, ਇਹ ਵੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ, ਇਹ ਮਾਡਲ ਹੈਗਾ ਜੀ 2016, ਅਤੇ 5,55,000 ਰੁਪਈਆ ਇਸਦੀ ਡਿਮਾਂਡ ਆ, ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਵੇਖ ਸਕਦੇ ਹਾਂ ਜੀ। ਟਾਇਰਾਂ ਦੀ ਕੰਡੀਸ਼ਨ ਵੀ ਓਕੇ ਪਈ ਆ, ਬੈਕ ਟਾਇਰ ਜਿਹੜੇ ਇਹਦੇ ਹੈਗੇ ਜੀ 16-9-28 ਦੇ ਆ, ਇਹ ਵੀ ਪੰਜਾਬ ਨੰਬਰ ਆ ਜੀ PB03। ਅਗਲਾ ਟਰੈਕਟਰ ਆ ਗਿਆ ਜੀ ਨਿਊ ਹੋਲੈਂਡ ਵਾਲਿਆਂ ਦਾ 3630, ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ, ਓਕੇ ਟਰੈਕਟਰ ਪਿਆ, ਪੂਰਾ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ, 2018 ਹੀ ਮਾਡਲ ਆ, ਅਤੇ 6,15,000 ਰੁਪਈਆ ਡਿਮਾਂਡ ਆ। ਬੈਕ ਟਾਇਰ ਇਹਦੇ ਹੈਗੇ 16-9-28 ਦੇ। ਉਸ ਤੋਂ ਬਾਅਦ ਅਗਲਾ ਟਰੈਕਟਰ ਹੈਗਾ ਜੀ ਸਵਰਾਜ 735, 98 ਮਾਡਲ ਆ ਜੀ, 1,85,000 ਰੁਪਈਆ ਇਸ ਦੀ ਡਿਮਾਂਡ ਆ, ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ, ਬੈਕ ਟਾਇਰ 'ਚ 12-4-28 ਦੇ ਆ, ਬਾਕੀ ਵਧੀਆ ਚਾਲੂ ਹਾਲਤ ਦੇ ਵਿੱਚ ਟਾਇਰ ਆ, ਵਧੀਆ ਨਵੀਂ ਕੰਡੀਸ਼ਨ ਦੇ ਵਿੱਚ ਹੀ ਆ ਟਾਇਰ। ਉਸ ਤੋਂ ਬਾਅਦ ਆ ਗਿਆ ਜੀ ਫਾਰਮ 60, ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੇਂ ਵਰਗੀ ਹੈ ਜੀ, ਬੈਕ ਟਾਇਰ ਇਹਦੇ ਹੈਗੇ ਆ ਜੀ 13-6-28 ਦੇ,
MRP ਦੇ ਟਾਇਰ ਆ, 98 ਮਾਡਲ ਆ, 2 ਲੱਖ ਅਤੇ 36,000 ਰੁਪਈਆ ਡਿਮਾਂਡ ਆ। ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ 84,855, ਬੈਕ ਟਾਇਰ ਘਸੇ ਹੋਏ ਆ, ਫਰੰਟ ਟਾਇਰ ਵੀ ਲੰਗਾ ਜਿਹਾ ਲਾਉਂਦੇ ਆ, 93 ਮਾਡਲ ਆ, 2 ਲੱਖ ਅਤੇ 10,000 ਰੁਪਈਆ ਇਸਦੀ ਡਿਮਾਂਡ ਆ। ਅਗਲਾ ਟਰੈਕਟਰ ਆ ਗਿਆ ਜੀ 7,24, 96 ਮਾਡਲ ਆ, 1,00,000 ਅਤੇ 35,000 ਰੁਪਈਆ ਡਿਮਾਂਡ ਆ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ ਪੰਜਾਬ ਨੰਬਰ, 2002 ਮਾਡਲ ਆ, 1,85,000 ਰੁਪਈਆ ਡਿਮਾਂਡ ਆ ਇਹਦੀ। ਕੰਡੀਸ਼ਨ ਓਕੇ ਪਈ ਆ ਟਰੈਕਟਰ ਦੀ, ਸਾਫ਼ ਸੁਥਰੀ ਕੰਡੀਸ਼ਨ ਆ ਟਰੈਕਟਰ। ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 98 ਮਾਡਲ, 1,85,000 ਰੁਪਈਆ ਡਿਮਾਂਡ ਆ। ਬੈਕ ਟਾਇਰ ਇਹਦੇ ਹੈਗੇ ਜੀ ਨਵੇਂ ਬਿਲਕੁਲ ਗੁੜੀਅਰ ਦੇ, ਅਤੇ ਫਰੰਟ ਟਾਇਰ ਇਹਦੇ ਘਸੇ ਹੋਏ ਆ ਜੀ। ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ DI 35 2005 ਮਾਡਲ ਆ, 1,90,000 ਰੁਪਈਆ ਡਿਮਾਂਡ ਆ। ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹਾਂ ਟਰੈਕਟਰ ਦੀ। ਚਲੋ ਹੋਰ ਵੀ ਬਹੁਤ ਕਾਫੀ ਟਰੈਕਟਰ ਹੈ ਜੀ, ਆਪਾਂ ਤੁਹਾਡੇ ਨਾਲ ਰੇਟ ਸ਼ੇਅਰ ਕਰਾਂਗੇ ਜ਼ਰੂਰ। ਹਾਂਜੀ ਦੋਸਤੋ, ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ 750 ਦਾ, ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਬੈਕ ਟਾਇਰ ਇਹਦੇ ਘਸੇ ਹੋਏ ਆ ਜੀ, ਫਰੰਟ ਟਾਇਰ ਕਾਫੀ ਹਾਲਤ ਦੇ ਵਿੱਚ ਚੰਗੇ ਆ। ਇਹ ਹੈਗਾ ਜੀ 2010 ਮਾਡਲ, 2,25,000 ਰੁਪਈਆ ਡਿਮਾਂਡ ਆ, ਅਤੇ ਉੱਤੇ 3 ਸਪੀਡ ਲਿਖਿਆ ਜੀ, ਆਹ ਦੇਖ ਸਕਦੇ ਹਾਂ ਤੁਸੀਂ, 3 ਸਪੀਡ ਲਿਖਿਆ ਜੀ ਟਰੈਕਟਰ। ਅਤੇ ਜਾਂ ਦਾ ਇਹ ਜਾਣੀ ਕਿ ਜਿਹੜਾ ਇਹ ਏਅਰ ਕਲਿੰਡਰ ਆ ਕਿਸੇ ਹੋਰ ਟਰੈਕਟਰ ਦਾ। ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855, 2002 ਮਾਡਲ ਆ, 2,70,000 ਰੁਪਈਆ ਡਿਮਾਂਡ ਆ, ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ। ਬਾਕੀ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹਾਂ, ਰੰਗ ਬੰਨ ਨਾਲੋਂ ਵੀ ਟਰੈਕਟਰ ਸਾਫ਼ ਪਿਆ ਜੀ। ਅਗਲਾ ਟਰੈਕਟਰ ਆ ਗਿਆ ਜੀ 9-11, 9-11 ਦੀ ਬਾਈਆਂ ਦੀ ਕਈਆਂ ਦੀ ਵਾਹਵਾ ਡਿਮਾਂਡ ਹੁੰਦੀ ਹੈ ਜੀ। ਇਹ ਹੈਗਾ ਜੀ 2000 ਮਾਡਲ ਆ ਪੂਰਾ, 2,95,000 ਰੁਪਈਆ ਡਿਮਾਂਡ ਆ, ਅਤੇ ਪੰਜਾਬ ਨੰਬਰ ਆ ਜੀ। ਬੈਕ ਟਾਇਰ ਜਿਹੜੇ ਇਹਦੇ ਹੈਗੇ ਜੀ 16/9/28 ਦੇ MRF ਦੇ, ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਜੀ ਟਾਇਰ ਪਏ ਆ। ਉਸ ਤੋਂ ਬਾਅਦ ਆ ਗਿਆ ਜੀ ਸਟੈਂਡਰਡ DI 355, 2012 ਮਾਡਲ ਆ, 3,00,000 ਰੁਪਈਆ ਇਸਦੀ ਡਿਮਾਂਡ ਆ। ਬਾਕੀ ਤੁਸੀਂ ਟਾਇਰਾਂ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਵੇਖ ਸਕਦੇ ਹਾਂ, ਸਾਫ਼ ਗੰਦੇ ਟਾਇਰ ਆ ਜੀ। ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 855, ਬੈਕ ਟਾਇਰ ਇਹਦੇ ਜੀ ਅੱਧਿਆਂ ਤੋਂ ਜ਼ਿਆਦਾ ਪਏ ਆ, 2004 ਮਾਡਲ ਆ, 2,76,000 ਰੁਪਈਆ ਡਿਮਾਂਡ ਆ। ਇਹ ਵੀ ਸਾਫ਼ ਸੁਥਰੀ ਕੰਡੀਸ਼ਨ ਦਾ ਹੀ ਟਰੈਕਟਰ ਆ। ਬਾਕੀ ਤੁਸੀਂ ਇਹਦੀ ਹਾਲਤ ਵੀਡੀਓ ਦੇ ਵਿੱਚ ਵੇਖ ਸਕਦੇ ਹਾਂ। ਬੈਕ ਟਾਇਰ ਇਹਦੇ ਹੈਗੇ ਜੀ 14/9/28 ਦੇ ਆ ਜੀ। ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 744, ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ। ਬਾਕੀ ਤੁਸੀਂ ਵੇਖ ਸਕਦੇ ਹਾਂ ਵੀਡੀਓ ਦੇ ਵਿੱਚ। ਹਾਂਜੀ ਦੋਸਤੋ, ਜਿਹੜਾ ਸਵਰਾਜ 744 ਹੈ 2004 ਮਾਡਲ ਆ, 2,40,000 ਰੁਪਈਆ ਡਿਮਾਂਡ ਆ। ਬੈਕ ਟਾਇਰ ਇਹਦੇ ਹੈਗੇ ਜੀ 14/9/28 ਦੇ, ਗੁਡੀਅਰ ਦੇ ਟਾਇਰ ਆ। ਬਾਕੀ ਤੁਸੀਂ ਹਾਲਤ ਵੀਡੀਓ ਦੇ ਵਿੱਚ ਵੇਖ ਸਕਦੇ ਹਾਂ, ਚੰਗੀ ਹਾਲਤ ਦਾ ਪਿਆ ਜੀ ਟਰੈਕਟਰ। ਅਗਲਾ ਟਰੈਕਟਰ ਆ ਗਿਆ ਜੀ 6/11/98 ਮਾਡਲ ਆ ਜੀ, 2,38,000 ਰੁਪਈਆ ਡਿਮਾਂਡ ਆ। 50-40 ਪੈਸੇ ਬੈਕ ਵਾਲੇ ਟਾਇਰ ਪਏ ਆ ਜੀ ਇਹਦੇ। ਅਤੇ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੰਦੇ ਜੀ, ਜਿਹੜੇ ਇਹ ਬਾਈ ਦੇ ਟਰੈਕਟਰ ਆ ਜੀ ਸਵਰਾਜ 744 6/11 6/11/55, 5-6 ਟਰੈਕਟਰਾਂ ਦੇ ਬਾਈ ਦਾ ਇੱਕ ਹੀ ਮਾਲਕ ਆ। ਇਹਨਾਂ ਦਾ ਨੰਬਰ ਆਪਣੇ ਕੋਲ ਹੈਗਾ, ਕਿਸੇ ਵੀਰ ਭਰਾ ਨੇ ਲੈਣਾ ਤਾਂ ਸਾਥੋਂ ਨੰਬਰ ਲੈ ਸਕਦਾ ਜੀ ਇਹਨਾਂ ਦਾ। ਅਗਲਾ ਟਰੈਕਟਰ ਹੈਗਾ ਜੀ ਸਵਰਾਜ 855, 2000 ਮਾਡਲ ਆ, 2,20,000 ਰੁਪਈਆ ਡਿਮਾਂਡ ਆ। ਬੈਕ ਟਾਇਰ ਇਹਦੇ ਹੈਗੇ ਜੀ 13/9/28 ਦੇ। ਹਾਂਜੀ ਉਸ ਤੋਂ ਬਾਅਦ ਅਗਲਾ ਟਰੈਕਟਰ ਵੀ ਹੈਗਾ ਜੀ ਸਵਰਾਜ 855, ਇਹ ਹੈਗਾ ਜੀ 2011 ਮਾਡਲ, 3,80,000 ਰੁਪਈਆ ਡਿਮਾਂਡ ਹੈ ਇਹਦੀ।
ਤੇ ਇਹ ਵੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਇਹਦੇ ਮਾਲਕ ਦਾ ਵੀ ਨੰਬਰ ਆਪਣੇ ਕੋਲ ਹੈਗਾ, ਜੇਕਰ ਕਿਸੇ ਵੀਰ ਭਰਾ ਨੇ ਲੈਣਾ। ਇਹ ਪੰਜਾਬ ਨੰਬਰ ਹੈ ਜੀ, ਪੰਜਾਬ ਨੰਬਰ ਟਰੈਕਟਰ ਆ। ਅਤੇ ਆਹ ਵੀ ਸਵਰਾਜ 855 ਪੰਜਾਬ ਨੰਬਰ ਆ ਜੀ, ਠੀਕ ਹੈ ਜੀ। ਆਹ 9811 ਵੀ ਪੰਜਾਬ ਨੰਬਰ ਆ, ਅਤੇ ਸਵਰਾਜ 744 ਇਹ ਵੀ ਪੰਜਾਬ ਨੰਬਰ ਆ ਜੀ। ਅਤੇ ਇੱਕ ਆ ਗਿਆ ਜੀ ਮਹਿੰਦਰਾ 275 DI, ਇਹ ਮਾਡਲ ਅਜੇ ਤੱਕ ਲਿਖਿਆ ਨਹੀਂ ਗਾ ਬਾਈ ਨੇ, ਨਾ ਹੀ ਰੇਟ ਲਿਖਿਆ ਅਜੇ ਤੱਕ ਇਸ 'ਤੇ। ਅਤੇ ਇਹ ਜਿਹੜੇ ਜੀ 5 ਟਰੈਕਟਰ ਆ ਜੀ, ਸਵਰਾਜ 744, 9811, 855, 855 ਅਤੇ 275, ਇਹਨਾਂ ਮਾਲਕਾਂ ਦਾ ਬਾਈ ਦਾ ਨੰਬਰ ਆਪਣੇ ਕੋਲ ਹੈਗਾ। ਜੇਕਰ ਕਿਸੇ ਵੀਰ ਭਰਾ ਨੇ ਇਹਨਾਂ ਮਾਲਕਾਂ ਦਾ ਨੰਬਰ ਸਾਥੋਂ ਲੈਣਾ ਜੀ, ਉਹੀ ਵੀਰ ਨੰਬਰ ਲਵੇ ਜਿਹਨੇ ਬਾਈ ਜੀ ਟਰੈਕਟਰ ਖਰੀਦਣਾ, ਅਤੇ ਆਪਣੇ ਤੋਂ ਨੰਬਰ ਇਹਦਾ ਮਾਲਕਾਂ ਦਾ ਲੈ ਸਕਦਾ ਜੀ। ਉਸ ਤੋਂ ਬਾਅਦ ਆ ਗਿਆ ਜੀ ਮਹਿੰਦਰਾ 275 DI, ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਇਹਦੀ ਬੈਕ ਟਾਇਰ ਹੈਗੇ ਆ ਜੀ 14/4/28 ਦੇ, ਵਧੀਆ ਕੰਡੀਸ਼ਨ ਦੇ ਵਿੱਚ ਆ ਜੀ ਟਾਇਰ। 94 ਮਾਡਲ ਹੈ, 1,38,000 ਰੁਪਈਆ ਇਸਦੀ ਡਿਮਾਂਡ ਹੈ। ਉਸ ਤੋਂ ਬਾਅਦ ਆ ਗਿਆ ਜੀ ਮਹਿੰਦਰਾ 275 ਜੀ, ਬੈਕ ਟਾਇਰ ਇਹਦੇ ਜੀ ਊਂ ਪਏ ਤਾਂ ਕਾਫ਼ੀ ਆ, ਪਰ ਵਾਢੇ 'ਚ ਪਏ ਹੋਏ ਆ ਜੀ ਇਹਦੇ। ਇਹ ਹੈਗਾ ਜੀ ਮਾਡਲ 2000, 1,80,000 ਰੁਪਈਆ ਇਸਦੀ ਡਿਮਾਂਡ। ਅਗਲਾ ਆ ਗਿਆ ਜੀ ਮਹਿੰਦਰਾ 475 DI, ਇਹਦਾ ਬਾਈ ਨੇ ਹਜੇ ਮਾਡਲ 'ਤੇ ਰੇਟ ਨਹੀਂ ਲਿਖਿਆ, ਪਰ ਇਹ ਵੀ ਪੰਜਾਬ ਨੰਬਰ ਹੈਗਾ ਜੀ। ਅਤੇ ਅਗਲਾ ਟਰੈਕਟਰ ਹੈਗਾ ਜੀ ਅਰਜਨ, ਇਹ ਵੀ ਬਾਈ ਦੇ, ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਖਰੀਦ ਸਕਦੇ ਹੋ ਟਰੈਕਟਰ, ਕੋਈ ਇਹੋ ਜਿਹੀ ਕੋਈ ਚੱਕਰ ਵਾਲੀ ਗੱਲ ਨਹੀਂ ਗੀ। ਬਾਈ ਦੀ ਮੰਡੀ ਇੱਧਰ ਲੱਗਦੀ ਹੈ। ਹਾਂਜੀ ਦੋਸਤੋ, ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855, ਬੈਕ ਟਾਇਰ ਇਹਦੇ ਹੈਗੇ ਗੁਡੀਅਰ ਦੇ, ਅਤੇ ਫਰੰਟ ਵਾਲੇ ਟਾਇਰ ਵੀ ਗੁਡੀਅਰ ਦੇ ਆ ਜੀ। 13/6/28 ਦੇ ਟਾਇਰ ਆ ਜੀ, ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ। 98 ਮਾਡਲ ਆ, 2,45,000 ਰੁਪਈਆ ਡਿਮਾਂਡ ਹੈ ਜੀ। ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਪਿਆ ਜੀ, ਜਿਵੇਂ ਜਾਣੀ ਕਿ ਆਪਾਂ ਕਹਿ ਦਿੰਦੇ ਹਾਂ ਇੱਕ ਹੱਥ ਚੱਬੀ ਚੀਜ਼ ਵਾਲੀ ਗੱਲ ਹੀ ਆ। ਅਤੇ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦਾ ਹੀ ਟਰੈਕਟਰ ਹੈ ਜੀ ਇਹ। 98 ਮਾਡਲ ਆ, 2,45,000 ਰੁਪਈਆ ਡਿਮਾਂਡ ਆ। ਜੇਕਰ ਇਹਦਾ ਮਾਲਕ ਆਪਾਂ ਨੂੰ ਮਿਲਿਆ ਤਾਂ ਆਪਾਂ ਤੁਹਾਡੇ ਨਾਲ ਜ਼ਰੂਰ ਨੰਬਰ ਸ਼ੇਅਰ ਕਰਾਂਗੇ। ਉਸ ਤੋਂ ਬਾਅਦ ਅਗਲਾ ਟਰੈਕਟਰ ਹੈਗਾ ਜੀ ਸੋਨਾਲੀਕਾ, ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਜੀ। ਇਸ ਸੋਨਾਲੀਕਾ ਵਾਲੇ ਦਾ ਮਾਲਕ ਦਾ ਨੰਬਰ ਆਪਣੇ ਕੋਲ ਹੈਗਾ ਜੀ, ਜੇਕਰ ਕਿਸੇ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ। ਇਹਦੇ ਬੈਕ ਟਾਇਰ ਹੈਗੇ ਆ ਜੀ 16/9/28 ਦੇ, 68 ਦੇ ਟਾਇਰ ਆ ਜੀ। ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ ਹੈਗਾ ਜੀ। 2020 ਮਾਡਲ, 6,45,000 ਰੁਪਈਆ ਇਸਦੀ ਡਿਮਾਂਡ ਆ। ਵਧੀਆ ਸਾਫ਼ ਸੁਥਰੀ ਕੰਡੀਸ਼ਨ ਦਾ ਜੀ ਇਹਦਾ ਮਾਲਕ ਦਾ ਨੰਬਰ ਹੈਗਾ ਜੀ ਆਪਣੇ ਕੋਲ, ਉਹੀ ਨੰਬਰ ਲਵੇ ਜੀ ਜਿਹੜੇ ਬਾਈ ਨੇ ਇਹ ਲੈਣਾ ਜੀ, ਅਤੇ ਕਿਉਂਕਿ ਮਾੜਾ ਮੋਟਾ ਉੱਪਰ ਨੀਚੇ ਹੋ ਸਕਦਾ ਰੇਟ। ਅਗਲਾ ਟਰੈਕਟਰ ਆ ਗਿਆ ਜੀ ਪ੍ਰੀਤ, 50/59, 2013 ਮਾਡਲ, 3,25,000 ਰੁਪਈਆ ਇਸਦੀ ਡਿਮਾਂਡ ਆ ਜੀ। ਇਹ ਵੀ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਜੀ, ਸਾਫ਼ ਸੁਥਰਾ, ਟਾਇਰ ਵੀ ਸਾਫ਼ ਪਏ ਆ। 14/28 ਦੇ ਬੈਕ ਸਾਈਡ ਵਾਲੇ ਟਾਇਰ ਆ ਜੀ, ਫਰੰਟ ਵਾਲੇ BKT ਦੇ ਆ, ਬੈਕ ਵਾਲੇ ਗੁਡੀਅਰ ਦੇ ਆ ਜੀ। ਚਲੋ ਆਪਾਂ ਹੋਰ ਵੀ ਟਰੈਕਟਰ ਦੇਖਦੇ ਹਾਂ ਮੰਡੀ ਦੇ ਵਿੱਚ।